ਸਤਿ ਸ਼੍ਰੀ ਅਕਾਲ ਆਵਾਜ਼ੀ ਕੰਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨੀ ਕਿੱਤੇ ਨੂੰ ਬਰਬਾਦ ਕਰਨ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਤੋੜਨ ਲਈ ਲਿਆਂਦੇ 3 ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਦੇ ਵਿਰੁੱਧ ਸੰਘਰਸ਼ ਦੇਖਾ ਕਰਨ ਸੰਬੰਧੀ 25 ਸਤੰਬਰ ਨੂੰ ਪੰਜਾਬ ਬੰਦ ਦਾ ਬਾਬਾ ਪਰਮਿੰਦਰ ਸਿੰਘ ਭਾਈ ਰੂਪਾ ਜ਼ਿਲ੍ਹਾ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਨੇ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਖਾਲਸਾ ਰੋਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੂਰਨ ਹਮਾਇਤ ਦਾ ਐਲਾਨ ਕੀਤਾ। ਪੰਜਾਬ ਅਤੇ ਸਮੁੱਚੇ ਦੇਸ਼ ਭਰ ਵਿੱਚ ਆਰਡੀਨੈਂਸ ਵਿਰੁੱਧ ਚੱਲ ਰਹੇ ਘੋਲ ਦੀ ਪੁਰਜ਼ੋਰ ਹਮਾਇਤ ਕਰਦਿਆਂ ਬਾਬਾ ਪਰਮਿੰਦਰ ਸਿੰਘ ਭਾਈ ਰੂਪਾ ਨੇ ਕਿਹਾ ਕਿ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਭਰਪੂਰ ਸਮਰਥਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਨੂੰ ਆਤਮ ਨਿਰਭਰ ਕਰਨ ਵਾਲਾ ਕਿਸਾਨ ਅੱਜ ਸੜਕਾਂ 'ਤੇ ਰੁਕ ਰਿਹਾ ਹੈ। ਕੇਂਦਰ ਵੱਲੋਂ ਸ਼ਰਮਾਏਦਾਰ ਕੰਪਨੀਆਂ ਨੂੰ ਮੁੱਲਵਾਲ ਕਰਨ ਲਈ ਲਿਆਂਦਾ ਗਿਆ ਇਹ ਬਿੱਲ ਕਿਸਾਨ ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਢਿੱਡ 'ਤੇ ਲੱਤ ਮਾਰਨ ਵਾਲਾ ਹੈ। ਉਹਨਾਂ ਕਿਹਾ ਕਿ ਆਵਾਮ ਨੂੰ ਚਾਹੀਦਾ ਕਿ ਉਹ ਅੰਨਦਾਤਾ ਦੇ ਨਾਲ ਖੜਨ ਜੋ ਕਿ ਪੂਰੇ ਦੇਸ਼ ਦਾ ਢਿੱਡ ਭਰਦਾ ਹੈ। ਉਹਨਾਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਪੰਜਾਬ ਬੰਦ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਇਸ ਅੰਦੋਲਨ ਨੂੰ ਪੰਜਾਬ ਦੇ ਸਾਰੇ ਵਰਗਾਂ ਦਾ ਸੰਘਰਸ਼ ਬਣਾਉਣ ਦਾ ਸੱਦਾ ਦਿੱਤਾ। ਮੋਦੀ ਸਰਕਾਰ ਵੱਲੋਂ ਪੰਜਾਬ ਦੇ ਦੇਸ਼ ਦੇ ਸਾਰੇ ਕਿਸਾਨਾਂ ਦੇ ਵਿਰੋਧ ਨੂੰ ਦਰਕਿਨਾਰ ਕਰਕੇ ਪਾਰਲੀਮੈਂਟ ਵਿੱਚ ਕਾਰਪੋਰੇਟ ਜਗ ਦੇ ਹੱਕ ਵਿੱਚ ਬਿੱਲ ਪਾਸ ਕਰਾਉਣ ਦੀ ਸਖ਼ਤ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਉਕਤ 3 ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ 2020 ਬਿੱਲ ਰੱਦ ਕੀਤੇ ਜਾਣ। ਇੰਟਰਨੈਸ਼ਨਲ ਪੰਥਕ ਦਲ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਵੱਡੇ ਪੱਧਰ 'ਤੇ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਵਿੱਚ ਕਿਸਾਨਾਂ ਦੇ ਹੱਕਾਂ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਨੇ। 25 ਸਤੰਬਰ ਨੂੰ ਭਾਈ ਰੂਪਾ ਵਿਖੇ ਸਾਰੇ ਕਲੱਬਾਂ ਦੇ ਸਮਰਥਨ ਦੇ ਨਾਲ ਕਿਸਾਨਾਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ। ਕਿਸਾਨਾਂ ਦੇ ਧਰਨੇ 'ਤੇ ਵੀ ਪੂਰਾ ਸਮਰਥਨ ਕੀਤਾ ਜਾਵੇਗਾ। ਇੰਟਰਨੈਸ਼ਨਲ ਪੰਥਕ ਦਲ ਔਰ ਸਮੁੱਚੀਆਂ ਕਿਸਾਨ ਬੰਦੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਜੋ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਆਰਡੀਨੈਂਸ ਬਿੱਲ ਦੇ ਰੂਪ ਵਿੱਚ ਸੰਸਦ ਦੇ ਵਿੱਚ ਧੱਕੇ ਨਾਲ ਪਾਸ ਕੀਤਾ ਗਿਆ, ਅਸੀਂ ਇੱਥੇ ਅੱਜ ਸਾਰੇ ਆਪਣਾ ਰੋਸ ਜਿਹੜਾ ਉਹ ਦਰਜ ਕਰਾਉਣ ਵਾਸਤੇ ਪਹੁੰਚੇ ਹਾਂ। ਆਮ ਲੋਕ ਭਾਵੇਂ ਇਹਦੇ ਬਾਰੇ ਘੱਟ ਜਾਣਦੇ ਆ, ਪਰ ਮੈਂ ਬੇਨਤੀ ਕਰਾਂਗਾ ਕਿ ਸਾਰੇ ਜਿਹੜੇ ਧੰਦੇ ਆ ਸਾਡੇ ਪੰਜਾਬ ਦੇ ਵਿੱਚ ਜਿੰਨਾ ਵੀ ਕਾਰੋਬਾਰ ਹੈ ਉਹ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ। ਪਰ ਬੜੀ ਕਮਾਲ ਦੀ ਗੱਲ ਹੈ ਕਿ ਬੜੇ ਅਹੰਕਾਰ ਭਰੇ ਲਹਿਜ਼ੇ ਦੇ ਨਾਲ ਮੋਦੀ ਸਰਕਾਰ ਨੇ ਧੱਕੇ ਦੇ ਨਾਲ ਇਹ ਜਿਹੜਾ ਕਿਸਾਨ ਮਾਰੂ ਬਿੱਲ ਹੈ ਉਹ ਕਿਸਾਨਾਂ ਦੇ ਮੱਥੇ 'ਤੇ ਮੜ ਦਿੱਤਾ। ਪੰਜਾਬ ਦਾ ਕਿਸਾਨ ਉਹ ਪਹਿਲਾਂ ਹੀ ਬੜੇ ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰਿਆ। ਤੁਸੀਂ ਆਏ ਦਿਨ ਦੇਖਦੇ ਹੋ ਕਿਸਾਨ ਜਿਹੜਾ ਉਹ ਕਰਜ਼ਾਈ ਹੈ, ਖੁਦਕੁਸ਼ੀ ਕਰਨ ਲਈ ਮਜਬੂਰ ਹੈ। ਭਾਵੇਂ ਕਿ ਉਹ ਸਮੇਂ ਸਮੇਂ ਦੀਆਂ ਸਟੇਟ ਸਰਕਾਰਾਂ ਵੀ ਹੋਣ, ਉਹਨਾਂ ਨੇ ਵੀ ਕੋਈ ਖਾਸ ਉਪਰਾਲਾ ਜਿਹੜਾ ਖਾਸ ਵਜੋਂ ਜਿਹੜੀ ਹੈ ਕਿਸਾਨਾਂ ਦੇ ਲਈ ਨਹੀਂ ਦਿੱਤੀ। ਪਰ ਇਹ ਜਿਹੜਾ ਬਿੱਲ ਹੈ ਇਹਦੇ ਵਿੱਚ ਮੰਡੀਕਰਨ ਨੂੰ ਪੂਰੀ ਢਾਹ ਲੱਗ ਰਹੀ ਹੈ। ਜਿਵੇਂ ਕਿ ਇਸ ਬਿੱਲ ਵਿੱਚ ਕਿਹਾ ਕਿ ਪੰਜਾਬ ਦਾ ਕੋਈ ਵੀ ਕਿਸਾਨ ਭਾਵੇਂ ਉਹ ਪੰਜਾਬ ਦਾ, ਹਰਿਆਣੇ ਦਾ, ਕਿਸੇ ਵੀ ਸਟੇਟ ਦਾ, ਉਹ ਆਪਣੀ ਜਿਨਸ ਜਿਹੜੀ ਹੈ ਉਹ ਕਿਸੇ ਹੋਰ ਜਗ੍ਹਾ 'ਤੇ ਜਾ ਕੇ ਵੇਚ ਸਕਦਾ। ਸੋ ਮੇਰੀ ਬੇਨਤੀ ਹੈ ਕਿ ਜਿਹੜੇ ਕਿਸਾਨ ਦੇ ਕੋਲ 4-5 ਏਕੜ ਜ਼ਮੀਨ ਹੈ ਉਹਦੇ ਕੋਲ ਇੰਨੀਆਂ ਸਹੂਲਤਾਂ ਨਹੀਂ ਹੈਗੀਆਂ ਕਿ ਉਹ ਜਿਹੜਾ ਆਪਣੀ ਥੋੜ੍ਹੀ ਜਿਹੀ ਜਿਨਸ ਨੂੰ ਜਾ ਕੇ ਯੂਪੀ ਜਾਂ ਬਿਹਾਰ ਦੇ ਵਿੱਚ ਵੇਚੇ। ਸੋ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਬੜੀ ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰਿਆ, ਪਰ ਜਿਸ ਤਰ੍ਹਾਂ ਬੇਨਤੀ ਕੀਤੀ ਕਿ ਬੜੇ ਹੰਕਾਰ ਭਰੇ ਲਹਿਜੇ ਦੇ ਨਾਲ ਮੋਦੀ ਸਰਕਾਰ ਨੇ ਇਹ ਬਿੱਲ ਸਾਡੇ ਮੱਥੇ 'ਤੇ ਮੜ ਦਿੱਤਾ, ਪੰਜਾਬ ਦਾ ਕਿਸਾਨ ਹੋਰ ਵੀ ਗਰੀਬ ਹੋਵੇਗਾ ਕਿਉਂਕਿ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਜਿਨ੍ਹਾਂ ਦੇ ਹੱਥ ਵਿੱਚ ਮੋਦੀ ਸਰਕਾਰ ਦੇਸ਼ ਨੂੰ ਵੇਚਣ ਜਾ ਰਹੀ ਹੈ। ਭਾਵੇਂ ਮੋਦੀ ਸਾਹਿਬ ਦੀ ਆਪਣੀ ਮਜਬੂਰੀ ਹੋ ਸਕਦੀ ਕਿਉਂਕਿ ਉਹਨਾਂ ਨੇ ਚੋਣ ਫੰਡ ਦੇ ਰੂਪ ਦੇ ਵਿੱਚ ਅਡਾਨੀ ਦੇ ਕੋਲੋਂ ਕਰੋੜਾਂ ਅਰਬਾਂ ਰੁਪਈਏ ਇਲੈਕਸ਼ਨ ਦੇ ਵਾਸਤੇ ਲਏ ਨੇ। ਮੋਦੀ ਸਰਕਾਰ ਜਿਹੜੀ ਹੈ ਉਹ ਉਹਨਾਂ ਦੀ ਗੱਲ ਕਰੇਗੀ, ਗਰੀਬ ਕਿਸਾਨ ਦੀ ਗੱਲ ਨਹੀਂ ਕਰ ਰਹੀ। ਸੋ ਅਸੀਂ ਬੇਨਤੀ ਕਰਨ ਵਾਸਤੇ ਪਹੁੰਚੇ ਹਾਂ ਕਿ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ, ਆਮ ਕਿਸਾਨ ਹੈ, ਕਿਉਂਕਿ ਬਾਕੀ ਸਟੇਟਾਂ ਦੇ ਵਿੱਚੋਂ ਇਸ ਬਿੱਲ ਦੇ ਵਿਰੋਧ ਵਿੱਚ ਘੱਟ ਆਵਾਜ਼ਾਂ ਉੱਠੀਆਂ ਨੇ, ਪਰ ਪੰਜਾਬ ਦਾ ਕਿਸਾਨ ਇਹ ਸੁਚੇਤ ਹੈ। ਨਾਲੇ ਸਾਨੂੰ ਗੁਰੂ ਸਾਹਿਬ ਦੇ ਵੱਲੋਂ ਇਹ ਸਿੱਖਿਆ ਮਿਲੀ ਹੋਈ ਹੈ ਕਿ ਕਿਉਂ ਕਾਰ ਅੱਜ ਹਮਾਂ ਹੀਲ ਅਤੇ ਦਰ ਗੁਜਸਤ ਹਲਾਲ ਅੱਜ ਗੁਰਦਨ ਬਾਸ਼ੀਰ ਦਸਤ, ਜਿੱਥੇ ਅਪੀਲ ਦਲੀਲ ਕੰਮ ਨਾ ਕਰੇ। ਮੈਂ ਸਰਕਾਰ ਨੂੰ ਬੇਨਤੀ ਇਹ ਕਰਨੀ ਚਾਹਾਂਗਾ ਕਿ ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਜਾਵੇ। ਇਹ ਨਾ ਹੋਵੇ ਕਿ ਸਾਨੂੰ ਮਜਬੂਰਨ ਕੋਈ ਦੂਜਾ ਰਾਹ ਅਖਤਿਆਰ ਕਰਨਾ ਪਵੇ, ਕਿਉਂਕਿ ਪਿੱਛੇ ਜੇ ਇੱਕ ਭਾਜਪਾ ਦੀ ਨਵੀਂ ਬਣੀ ਲੀਡਰ ਕੰਗਣਾ ਰਣੌਤ, ਜਿਹੜੀ ਕਿ ਇੱਕ ਫਿਲਮੀ ਆਰਟਿਸਟ ਹੈ, ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਕਿਸਾਨ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ ਉਹ ਅੱਤਵਾਦੀ ਨੇ।
ਬੀਬਾ ਮੈਂ ਬੇਨਤੀ ਕਰਾਂਗਾ, ਤੂੰ ਅੱਤਵਾਦੀ ਸੁਣਿਆ, ਅੱਤਵਾਦੀ ਵੇਖੇ ਨਹੀਂ। ਅੱਤਵਾਦੀ ਉਹ ਬਣਦਾ ਜਿਹਨੂੰ ਸਰਕਾਰਾਂ ਮਜਬੂਰ ਕਰ ਦਿੰਦੀਆਂ ਨੇ। ਅਤੇ ਪੰਜਾਬ ਦੇ ਵਿੱਚ ਜਿੰਨੇ ਵੀ ਸੰਸਦ ਮੈਂਬਰ ਨੇ, ਖਾਸ ਕਰਕੇ ਮੈਂ ਪੰਜਾਬ ਦੇ ਕੁਛ ਗਾਇਕ ਜਿਵੇਂ ਕਿ ਹੰਸਰਾਜ ਹੰਸ, ਉਹਨੇ ਸਾਰੀ ਉਮਰ ਪੰਜਾਬੀ ਵਿੱਚ ਗਾਣੇ ਗਾਏ, ਉਹਦੇ ਗਾਣੇ ਪੰਜਾਬ ਦੇ ਲੋਕਾਂ ਨੇ ਸੁਣੇ ਨੇ, ਨਾ ਕਿ ਮੋਦੀ ਨੇ। ਪੰਜਾਬ ਦੇ ਲੋਕਾਂ ਨੇ ਉਹਨੂੰ ਸੁਪਰ ਸਟਾਰ ਬਣਾਇਆ, ਜਿਹੜਾ ਅੱਜ BJP ਦਾ MP ਬਣ ਕੇ ਕਿਸਾਨਾਂ ਦੀ ਹੱਕ ਦੀ ਗੱਲ ਨਾ ਕਰਕੇ ਮੋਦੀ ਸਰਕਾਰ ਦੇ ਪੱਖ ਵਿੱਚ ਭੁਗਤ ਗਿਆ। ਇੱਥੇ ਮੈਂ ਇੱਕ ਹੋਰ ਬੇਨਤੀ ਕਰਾਂਗਾ, ਗੁਰਦਾਸਪੁਰ ਤੋਂ ਫਿਲਮੀ ਆਰਟਿਸਟ ਸੰਨੀ ਦਿਓਲ, ਜਿਹੜਾ ਕਿ ਕਹਿੰਦਾ, ਜਿੱਦਾਂ ਪਿਤਾ ਧਰਮਿੰਦਰ ਵੀ ਕਹਿੰਦਾ ਕਿ ਅਸੀਂ ਕਿਸਾਨਾਂ ਦੇ ਪੁੱਤਾਂ, ਕਿਸਾਨ ਦੇ ਹੱਕ ਦੀ ਗੱਲ ਕਰਦੇ ਹਾਂ, ਪਰ ਅੱਜ ਸਾਰੇ ਜਿਹੜੇ ਹੈ ਉਹ BJP ਸਰਕਾਰ ਦੇ ਤਲਵੇ ਚੜ ਰਹੇ ਆ। ਸੋ ਚਾਹੀਦਾ ਤਾਂ ਇਹ ਸੀ ਕਿ ਆਪਣੇ ਅਹੁਦਿਆਂ ਦਾ ਤਿਆਗ ਕਰਦਿਆਂ ਹੋਇਆਂ, ਅੱਜ ਇੱਥੇ ਕਿਸੇ ਪਾਰਟੀਬਾਜ਼ੀ ਦੀ ਗੱਲ ਨਹੀਂ, ਕੱਲ੍ਹ BJP ਦੇ ਕੁਛ ਲੀਡਰਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਜਿਹੜੇ ਲੋਕ ਇਸ ਬਿੱਲ ਦਾ ਵਿਰੋਧ ਕਰਦੇ ਉਹਨੂੰ ਸਾਰੇ ਕਾਂਗਰਸੀ ਨੇ। ਮੈਂ ਬੇਨਤੀ ਕਰਾਂਗਾ, ਸਾਡੇ ਵਿੱਚੋਂ ਕਾਂਗਰਸੀ ਕੋਈ ਵੀ ਨਹੀਂ ਹੈਗਾ, ਅਸੀਂ ਆਮ ਲੋਕ ਹਾਂ, ਆਮ ਗੁਰੂ ਦੇ ਸਿੱਖ ਹਾਂ, ਅਸੀਂ ਚਾਹੁੰਦੇ ਹਾਂ ਕਿ ਕਿਸਾਨੀ 'ਤੇ ਬੋਝ ਨਾ ਪਵੇ, ਕਿਸਾਨੀ ਪ੍ਰਫੁੱਲਤ ਹੋਵੇ। ਸੋ ਅਸੀਂ ਰਾਸ਼ਟਰਪਤੀ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਉਹ ਇਸ ਬਿੱਲ 'ਤੇ ਦਸਤਖਤ ਕਰਨ ਤੋਂ ਪਹਿਲਾਂ ਸੋਚ ਲੈਣ ਕਿ ਮਜ਼ਬੂਰੀ ਵਿੱਚ ਕਿਸਾਨ ਕਿਸੇ ਹੋਰ ਦੂਜੇ ਰਾਹ 'ਤੇ ਨਾ ਤੁਰ ਪੈਣ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।